ਹਾਂਜੀ, ਅਸੀਂ ਦਿਲਾਂ ਦੇ ਰਿਸ਼ਤੇ ਦੀ ਟੀਮ ਸਾਰੀ ਆਈ ਹੋਈ ਅੱਜ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ, ਤੇ ਅੱਜ ਸਾਡਾ ਰੈਪ ਅਪ ਪਾਰਟੀ ਹੋਣੀ ਹੈ ਸ਼ਾਮ ਨੂੰ। ਉਸ ਤੋਂ ਪਹਿਲਾਂ ਅਸੀਂ ਮੱਥਾ ਟੇਕਣ ਆਏ ਹਾਂ। ਤੇ ਮਾਤਾ 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 ਦੱਸੋ ਮੈਨੂੰ, ਐਂਡ ਲਾ ਡੇ ਸੀਗਾ ਅੱਜ, ਅੱਜ ਰੈਪ ਅਪ ਪਾਰਟੀ ਹੈ ਸਾਡੀ, ਕਿੱਦਾਂ ਲੱਗ ਰਿਹਾ ਤੁਹਾਨੂੰ? ਚੰਗਾ ਲੱਗ ਰਿਹਾ ਕਿ ਇੱਕ ਨਵੀਂ ਸ਼ੁਰੂਆਤ ਹੋਏਗੀ, ਪਰ ਜੋ ਇੱਕ ਰਿਲੇਸ਼ਨਸ਼ਿਪ ਬਣੇ ਹੋਏ ਸੀ ਨਾ ਇੱਕ ਸਾਲ ਦੇ, ਬਸ ਥੋੜੇ ਇਮੋਸ਼ਨਲ ਕਰ ਰਹੇ ਨੇ ਕਿਉਂਕਿ ਬੌਂਡਿੰਗ ਬਣੀ ਹੋਈ ਹੈ ਸਾਰਿਆਂ ਦੀ ਨਾ। ਹਾਂਜੀ, ਬਸ ਹੁਣ ਉਹ ਵਿਛੜਨ ਦਾ ਜਿਹੜਾ ਹੈਗਾ ਨਾ ਉਹ ਇਮੋਸ਼ਨ ਦੇ ਉਹ ਆ ਰਹੇ ਨੇ। ਅਸੀਂ ਹੁਣ ਆਏ ਗੁਰਦੁਆਰੇ ਟਿੱਬੀ ਸਾਹਿਬ ਮੱਥਾ ਟੇਕਣ ਵਾਸਤੇ, ਕਿ ਪਰਮਾਤਮਾ ਨੇ ਜੋ ਵੀ ਸਾਡੇ ਰਿਸ਼ਤੇ ਬਣਾਏ ਨੇ ਹਮੇਸ਼ਾ ਬਣਾਏ ਰੱਖਣ, ਹਰ ਕਿਸੇ ਨੂੰ ਤਰੱਕੀਆਂ ਬਖਸ਼ਣ। ਥੈਂਕ ਯੂ ਮਾਤਾ। ਮਨਗੁਰ ਜੀ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਦਾ ਪਿਆ ਲਾਸਟ ਡੇ? ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਰੈਪ ਅਪ ਹੋ ਰਿਹਾ ਦਿਲਾਂ ਦੇ ਰਿਸ਼ਤਿਆਂ ਦਾ, ਤੇ ਮਿਕਸ ਜੀ ਫੀਲਿੰਗ ਹੈ, ਬਹੁਤ ਸਾਰੇ ਇਮੋਸ਼ਨਸ ਮਿਕਸ ਜੇ ਹੋ ਰਹੇ ਹੈ। ਬਹੁਤ ਵਧੀਆ ਵੀ ਲੱਗ ਰਿਹਾ, ਬਹੁਤ ਜ਼ਿਆਦਾ ਇਮੋਸ਼ਨਲ ਵੀ ਹੋ ਰਹੀ ਆ, ਸੋ ਸਭ ਕੁਝ ਮਿਕਸ ਹੈ। ਬਾਕੀ ਸਭ ਕੁਝ ਬਹੁਤ ਵਧੀਆ ਲੱਗਿਆ, ਸਾਰਿਆਂ ਦਾ ਕੰਮ ਕਰਕੇ ਬਹੁਤ ਵਧੀਆ ਲੱਗਿਆ। ਥੈਂਕ ਯੂ ਤਾਈ ਜੀ, ਲਵਲੀ ਦਾ ਕਿਰਦਾਰ ਨਿਭਾਉਣ ਵਾਲੇ, ਦੱਸੋ ਤਾਈ ਜੀ ਕਿਵੇਂ ਲੱਗ ਰਿਹਾ? ਮੈਨੂੰ ਬਹੁਤ ਸੈਡ ਫੀਲ ਹੋ ਰਿਹਾ। ਓ ਮਾਈ ਗॉड, ਹੈਪੀ ਵੀ ਆ ਕਿ ਅੱਗੋਂ ਚਲੋ ਮਿਲ ਕੇ ਕਰਾਂਗੇ ਕਦੀ ਨਾ ਕਦੀ ਕੁਝ ਇਕੱਠੇ, ਬਟ ਇੱਕ ਇਹ ਫੈਮਿਲੀ ਜਿਹੜੀ ਬਣ ਗਈ ਸੀ ਉਹ ਦੁਬਾਰਾ ਕਦੀ ਇਕੱਠੀ ਹੋਏਗੀ ਜਾਂ ਨਹੀਂ ਹੋਏਗੀ? ਰੁਕੋ ਰੁਕੋ, ਮੈਨੂੰ ਪਤਾ ਅੱਛਾ ਵੀ ਲੱਗ ਰਿਹਾ, ਬਟ ਮੈਂ ਸੈਡ ਆ। ਸਤਿ ਸ੍ਰੀ ਅਕਾਲ ਜੀ, ਅਰਸ਼ਪ੍ਰੀਤ ਸਾਡੀ ਵਿਲਨ ਨਹੀਂ, ਹੁਣ ਮੈਂ ਵਿਲਨ ਨਹੀਂ ਹੈ। ਹਾਂ ਹਾਂ, ਦੱਸ ਕਿੱਦਾਂ ਲੱਗਦਾ ਪਿਆ ਲਾਸਟ ਡੇ? ਮੈਨੂੰ ਬਹੁਤ ਵਧੀਆ ਲੱਗ ਰਿਹਾ, ਪਤਾ ਮੈਂ ਹੁਣ ਕਰ ਜਾਊਂਗੀ, ਲੇਕਿਨ ਨਹੀਂ ਮੈਨੂੰ ਤੁਹਾਡੇ ਸਾਰਾ ਦੀ ਯਾਦ ਵੀ ਆਏਗੀ। ਗੁੱਡ ਆ, ਗੁੱਡ ਆ, ਗੁੱਡ ਆ, ਗੁੱਡ ਆ। ਪਰਮਵੀਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਤੇ ਕਿਵੇਂ? ਬਹੁਤ ਵਧੀਆ ਲੱਗ ਰਿਹਾ। ਹਾਂ, ਲਾਸਟ ਡੇ ਵਧੀਆ ਲੱਗ ਰਿਹਾ? ਲਾਸਟ ਡੇ ਵਧੀਆ ਲੱਗ ਰਿਹਾ ਤੇ ਥੋੜੇ ਇਮੋਸ਼ਨਲ ਵੀ ਨੇ ਸਾਰੇ। ਲਵਲੀ ਤਾਈ ਦਾ ਬੇਟਾ, ਇਹ ਦੱਸੂਗਾ ਕਿੱਦਾਂ ਲੱਗ ਰਿਹਾ? ਬਹੁਤ ਵਧੀਆ। ਬਹੁਤ ਹੀ ਲੱਗਾ, ਸਾਡਾ ਸ਼ੂਟ ਖਤਮ ਹੋ ਗਿਆ। ਚਲੋ ਗੁੱਡ ਆ, ਗੁੱਡ ਆ। ਰੁਕ ਜਾ, ਰੁਕ ਜਾ ਪ੍ਰਿੰਸ, ਇਹ ਸਾਡਾ ਸਿਰਾਂ ਦਾ ਜਿਸ ਕੇ ਸਰ ਪਰ ਤਾਜ, ਉਹ ਹੈ ਸਰਤਾਜ, ਬਤਾਓ ਬਤਾਓ ਜੀ। ਅੱਜ ਅੰਤ ਨਹੀਂ, ਇੱਕ ਵੱਡੀ ਚੀਜ਼ ਦੀ ਸ਼ੁਰੂਆਤ ਹੋਣ ਜਾ ਰਹੀ, ਸੋ ਇਸ ਕਰਕੇ ਅਸੀਂ ਸ਼ੁਰੂਆਤ ਦੇ ਤੌਰ ਤੇ ਮੱਥਾ ਟੇਕਣ ਆਏ ਹਾਂ, ਤੇ ਅਸ ਵਾਪਸ ਸਾਨੂੰ ਮਿਲਿਆ ਸੀ ਕਰਮਾਂ ਵਾਲੇ ਸਮਾਂ ਦੇ ਆਪਣੇ। ਪ੍ਰਿੰਸ ਕਿੱਦਾਂ ਲੱਗ ਰਿਹਾ ਲਾਸਟ ਡੇ? ਬਹੁਤ ਵਧੀਆ ਲੱਗ ਰਿਹਾ, ਦਾ ਐਂਡ ਤੈਨੂੰ ਵਧੀਆ ਲੱਗ ਰਿਹਾ? ਹਾਂ ਵਧੀਆ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ। ਹੁਣ ਐਕਸਾਈਟਿਡ ਆ ਕਿ ਅੱਗੇ ਕੁਝ ਵਧੀਆ ਕਰੀਏ, ਹੋਰ ਵਧੀਆ ਲੈ ਕੇ ਆਈਏ। ਸਾਰੇ ਕਰੈਕਟਰਸ ਨੂੰ ਤੁਸੀਂ ਨਵੇਂ ਨਵੇਂ ਰੂਪ ਚ ਦੇਖੋ, ਵਧੀਆ ਵਧੀਆ ਕੰਮ ਮਿਲੇ, ਉਹਦੇ ਵਾਸਤੇ ਆਪਾਂ ਟਿੱਬੀ ਸਾਹਿਬ ਆਏ ਆ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈਣ ਵਾਸਤੇ। ਤੇ ਬਾਕੀ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ। ਧਿਆਨ ਆ ਰੋਜ਼ੀ ਦਾ ਕਿਰਦਾਰ ਨਿਭਾਇਆ ਇਹਨਾਂ ਨੇ, ਕਿੱਦਾਂ ਦਾ ਲੱਗ ਰਿਹਾ? ਕਿੱਦਾਂ ਦਾ ਲੱਗ ਰਿਹਾ? ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਅੱਜ ਮੈਂ ਸਾਰਿਆਂ ਨੂੰ ਫਿਰ ਮਿਲ ਰਹੀ ਹਾਂ ਇੱਕ ਵਾਰੀ। ਹਾਂ ਬਹੁਤ ਅੱਛਾ ਲੱਗ ਰਿਹਾ। ਅੱਛਾ, ਮਤਲਬ ਕਿ ਸ਼ੂਟ ਖਤਮ ਹੋ ਗਿਆ, ਅੱਛਾ ਲੱਗ ਰਿਹਾ? ਨਹੀਂ, ਸ਼ੂਟ ਖਤਮ ਹੋਏਗਾ ਫਿਰ ਦੁਬਾਰਾ ਹੋਰ ਵੀ ਸੀਜ਼ਨ ਸ਼ੁਰੂ ਹੋਏਗਾ ਨਾ, ਫਿਰ ਸਾਰੇ ਅਸੀਂ ਉੱਚ ਫਿਰ ਮਿਲਾਂਗੇ। ਓਕੇ ਓਕੇ, ਕਿਰਤ 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 ਕਿਰਤ
ਮਸ਼ਹੂਰ ਹੋ ਤੁਸੀਂ। ਹਾਂ ਸਾਡੇ ਸ਼ੋਅ ਦੀ ਹੀਰੋਇਨ ਹੈ, ਹੀਰੋਇਨ ਕਿਦਾਂ ਲੱਗਦਾ ਹੈ ਯੂ ਨੋ ਲਾਸਟ ਡੇ? ਸੋ ਮੈਨੂੰ ਮੈਨੂੰ ਮਿਕਸ ਜੀ ਫੀਲਿੰਗ ਹੈ ਦੱਸਾਂ, ਮੈਨੂੰ ਜ਼ਿਆਦਾ ਇਮੋਸ਼ਨਲ ਤਾਂ ਹੈਗੀਆਂ ਅਸੀਂ ਸਾਰੇ, ਬਟ ਇਟਸ ਅ ਹੈਪੀ ਐਂਡਿੰਗ ਟੂ ਅ ਨਿਊ ਬਿਗਨਿੰਗ, ਸੋ ਮੈਨੂੰ ਅੱਗੇ ਵਾਸਤੇ ਜ਼ਿਆਦਾ ਐਕਸਾਈਟਮੈਂਟ ਹੈ। ਪਰ ਸਭ ਦੇ ਨਾਲ ਬਹੁਤ ਵਧੀਆ ਰਿਹਾ, ਇੱਕ ਸਾਲ ਇੱਕ ਤਰੀਕੇ ਦਾ ਪਰਿਵਾਰ ਹੀ ਹੋ ਗਿਆ ਹੈ ਸਾਰਾ, ਯਾਦ ਤੇ ਆਏਗੀ, ਕੋਈ ਨੀ ਆਪਾਂ ਮਿਲਦੇ ਰਵਾਂਗੇ, ਹੈ ਨਾ? ਸਹੀ ਹੈ, ਮੇਰੀ ਵੀ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਸਾਰਿਆਂ ਦੇ ਵਿਊਜ਼ ਸੁਣੇ ਆ। ਮੈਨੂੰ ਤਾਂ ਸੱਚੀ ਦੱਸਾਂ ਚੰਗਾ ਨਹੀਂ ਲੱਗ ਰਿਹਾ, ਕਿਉਂਕਿ ਮੈਂ ਚਾਹੁੰਦਾ ਸੀ ਅਸੀਂ ਥੋੜ੍ਹਾ ਹੋਰ ਲੰਬਾ ਕੰਮ ਕਰੀਏ, ਅਸੀਂ ਹੋਰ ਮਤਲਬ ਕਿ ਗੂੜਾ ਪਿਆਰ ਹੋਰ ਪਾ ਸਕੀਏ ਆਪਸ ਦੇ ਵਿੱਚ, ਜਿਹੜਾ ਸਾਨੂੰ ਪਿਆਰ ਮਿਲਿਆ ਲੋਕਾਂ ਕੋਲੋਂ ਇਸ ਸੀਰੀਅਲ ਦੇ ਥਰੂ, ਮਤਲਬ ਉਹ ਅਮੁੱਲਾ ਪਿਆਰ ਉਹਦਾ ਅਸੀਂ ਕਦੇ ਨਹੀਂ ਦੇਣਾ ਦੇ ਸਕਦੇ। ਬਹੁਤ ਬਹੁਤ ਰਿਸਪੈਕਟ ਆ ਤੁਹਾਡੇ ਸਾਰਿਆਂ ਲਈ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ, ਤੇ ਤੁਹਾਡੀਆਂ ਦੁਆਵਾਂ ਸਦਕੇ ਜ਼ਰੂਰ ਤੁਹਾਨੂੰ ਫਿਰ ਦੁਬਾਰਾ ਸਕਰੀਨ ਤੇ ਮਿਲਾਂਗੇ। ਥੈਂਕ ਯੂ ਸੋ ਮਚ। ਮਾਤਾ ਦੀ ਦੋਈ ਨਹੀਂ? ਹਾਂ ਮਾਤਾ, ਨਹੀਂ ਨਹੀਂ ਇਹ ਹੈਗੇ ਆ ਆਪਣਾ ਰਿਧੀਮਾ ਦੇ ਮੰਮੀ, ਅਸ਼ਪ੍ਰੀਤ ਦੇ ਮੰਮੀ। ਦੱਸੋ 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 ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਚੰਡੀਗੜ੍ਹ ਦਾ ਰੋਪੜ ਦਾ ਗੇੜਾ ਸੀ ਉਹ ਘੱਟ ਜਾਣਾ, ਹੁਣ ਮੈਂ ਕਿੰਨੇ ਮਿਲਣ ਆਇਆ ਕਰੂੰਗੀ ਇੱਥੇ? ਕੋਈ ਨੀ, ਪਲੈਨ ਬਣਾਉਣਾ ਕੋਈ ਚੱਕਰ ਨਹੀਂ, ਦੁਬਾਰਾ ਸਾਰੇ ਕਰਦੇ। ਭਰਾ ਅਰਸ਼ਪ੍ਰੀਤ ਦਾ ਦੱਸ ਕਿੱਦਾਂ ਲੱਗ ਰਿਹਾ ਪੁੱਤ? ਮੈਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਲੱਗਦਾ। ਨਹੀਂ ਨਹੀਂ ਅੱਜ ਸਾਡਾ ਲਾਸਟ ਡੇ ਸੀਗਾ, ਸ਼ੂਟ ਖਤਮ ਹੋ ਗਿਆ, ਉਹਦੇ ਬਾਰੇ ਪੁੱਛ ਰਿਹਾ ਮੈਂ। ਬਹੁਤ ਦੁੱਖ ਲੱਗ ਰਿਹਾ, ਬਸ ਦੁੱਖ ਲੱਗ ਰਿਹਾ, ਯਾਦ ਕਰਾਂਗੇ ਸਭ ਤੋਂ ਜ਼ਿਆਦਾ ਤੁਹਾਨੂੰ। ਹਾਏ ਲਵ ਯੂ, ਲਵ ਯੂ। ਚਲੋ ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ। ਹਾਂਜੀ ਹਾਂਜੀ ਲਾਲ ਲੱਗਾ, ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਵਾ ਦੇਵਾਂ ਬਾਹਰੋਂ ਇੱਕ ਵਾਰੀ। ਥੈਂਕ ਯੂ, ਥੈਂਕ ਯੂ ਸੋ ਮਚ ਸਾਰਿਆਂ ਦਾ।